दोस्तों जैसे गल करांगे नेल फंगल इन्फेक्शन बारे सारी ब्यूटी एक्सपर्ट इंद्रा आलूवालिया जी दे नाल। इंद्रा जी वेलकम वंस अगेन टू द शो। हेलो इंद्रा जी, ਅਸੀਂ ਵੇਖਦੇ ਕਿ ਕਈ ਲੋਕਾਂ ਦੇ ਨੇਲ ਦੇ ਵਿੱਚ ਫੰਗਲ ਇਨਫੈਕਸ਼ਨ ਹੋ ਜਾਂਦਾ ਹੈ। ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਫੰਗਲ ਇਨਫੈਕਸ਼ਨ ਹੁੰਦਾ ਕੀ ਹੈ? ਸੀ ਸਰ, ਟਾਈਪ ਆਫ ਫੰਗੀ ਹੁੰਦੀ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਾਟੋਫਾਈਟਸ। ਸੀ ਇਹ ਤੁਹਾਡਾ ਇੱਕ ਨੇਲ ਦੇ ਵਿੱਚ ਆ ਜਾਂਦਾ ਹੈ। ਇਹ ਯੂਜੂਲੀ ਜਿਵੇਂ ਮੋਇਸਚਰ ਵਾਲੀ ਜਗ੍ਹਾ ਤੇ ਹੈ, ਜ਼ਿਆਦਾ ਹੀਟ ਦੇ ਵਿੱਚ ਇਹ ਤੁਹਾਡਾ ਨੇਲਸ ਦੇ ਅੰਦਰ ਆ ਜਾਂਦਾ ਹੈ ਤੇ ਇੱਕ ਟਾਈਪ ਦੀ ਇੱਕ ਫੰਗਸ ਜੀ ਹੋ ਜਾਂਦੀ ਹੈ। ਤੁਸੀਂ ਕਿਹਾ ਜਿਵੇਂ ਰੋਟੀ 'ਚ ਉੱਲੀ ਲੱਗਦੀ ਜਾਂ ਉਹਨੂੰ ਫੰਗਸ ਕਹਿੰਦੇ ਆ, ਜਾਂ ਜਿਵੇਂ ਸਾਡੀ ਡੈਂਡਰਫ ਦੇ ਵਿੱਚ ਇੱਕ ਦੂਜੇ ਦੇ ਚਿਪਕ ਜਾਂਦੀ ਫੰਗਸ, ਤੇ ਇੱਕ ਟਾਈਪ ਆਫ ਬੈਕਟੀਰੀਆ ਕਿ ਜਿਹੜਾ ਸਾਡੇ ਨੇਲਸ ਦੇ ਵਿੱਚ ਆ ਜਾਂਦਾ ਤੇ ਇਹਨੂੰ ਅਸੀਂ ਕਹਿੰਦੇ ਹਾਂ ਨੇਲ ਫੰਗਸ। ਅੱਛਾ, ਕਿਸੇ ਬੰਦੇ ਨੂੰ ਨੇਲ ਫੰਗਲ ਇਨਫੈਕਸ਼ਨ ਹੋ ਗਿਆ, ਉਹਨੂੰ ਪਤਾ ਕਿਸ ਤਰ੍ਹਾਂ ਚੱਲਦਾ ਹੈ? ਯੂਜੂਲੀ ਇਹ ਪੈਰਾਂ ਦੇ ਨੇਲ ਵਿੱਚ ਕਾਫੀ ਹੁੰਦੀ, ਹੱਥਾਂ ਦੇ ਨੇਲ 'ਚ ਵੀ ਹੋ ਜਾਂਦੀ ਹੈ। ਨੇਲ ਦੇ ਵਿੱਚ ਤੁਹਾਡੇ ਕਦੀ ਲੱਗੇਗਾ ਵਾਈਟ ਸਪੋਟ ਸ਼ੁਰੂ ਵਿੱਚ ਲੱਗੇਗਾ ਹੈ, ਜਾਂ ਤੁਹਾਡੇ ਨੇਲ ਦੀ ਸ਼ੇਪ ਡਿਸਟੋਰਟਿਡ ਹੋ ਜਾਏਗੀ, ਫਲੈਟ ਸ਼ੇਪ ਆਉਣ ਲੱਗ ਪਈ, ਕਰਵ ਕੱਟ ਜਾਏਗਾ, ਅਤੇ ਨਾ ਜਿਵੇਂ ਉੱਤੋਂ ਉਹਦੇ ਰਿਜਿਜ ਨਿਕਲ ਆਉਣਗੀਆਂ, ਉੱਪਰ ਨੀਚੇ ਖੁਰਦਰਾ ਜਿਹਾ ਹੋ ਜਾਂਦਾ, ਇਟ ਮੀਨਸ ਹੈ ਤੁਹਾਡੇ ਉੱਤੇ ਅੰਦਰ ਫੰਗਸ, ਜਾਂ ਤੁਹਾਨੂੰ ਨੇਲ ਦੇ ਅੰਦਰ ਇੱਕ ਵਾਈਟ ਜਿਹਾ ਸਪੋਟ ਸ਼ੁਰੂ ਵਿੱਚ ਦਿਖੇਗਾ। ਅਤੇ ਐਕਚੁਅਲੀ ਤਾਂ ਜਦੋਂ ਤੁਹਾਨੂੰ ਵਾਈਟ ਸਪੋਟ ਹੀ ਦਿਖਣ ਲੱਗ ਪਏ ਤਾਂ ਤੁਹਾਨੂੰ ਇਹਦੀ ਕੇਅਰ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅੱਛਾ, ਜੇਕਰ ਕਿਸੇ ਨੂੰ ਫੰਗਲ ਇਨਫੈਕਸ਼ਨ ਹੋ ਰਿਹਾ, ਸ਼ੁਰੂਆਤ ਹੋ ਰਹੀ ਹੈ, ਤੁਹਾਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਲੈਣਾ ਚਾਹੀਦਾ ਹੈ? ਫੰਗਲ ਇਨਫੈਕਸ਼ਨ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਜੋ ਆਪਣੇ ਆਪ ਕਰ ਸਕਦੇ ਹੋ, ਨੀਟ ਐਂਡ ਕਲੀਨ, ਕੱਟ ਇਟ ਸ਼ਾਰਟ, ਕੀਪ ਇਟ ਨੀਟ ਐਂਡ ਕਲੀਨ। ਅਤੇ ਕਈ ਵਾਰ ਲੋਕ ਹੁੰਦੇ ਆ ਕਿ ਤੁਸੀਂ ਜਾਂਦੇ ਹੋ ਪਾਰਲਰ ਦੇ ਵਿੱਚ ਜਾਂ ਕਿਸੇ ਜਗ੍ਹਾ 'ਤੇ ਪੈਡੀਕਿਓਰ ਕਰਾਉਣ, ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਸਪੈਸ਼ਲ ਕਹਿ ਦੇਣਾ ਚਾਹੀਦਾ, ਕੋਈ ਮੈਟਲ ਦੇ ਅਤੇ ਇੰਸਟਰੂਮੈਂਟਸ ਨਾ ਯੂਜ਼ ਕਰਨ, ਕਿਉਂਕਿ ਮੈਟਲ ਅਗੇਨ ਅਗਰ ਕੋਈ ਉਹਨੂੰ ਇਨਫੈਕਸ਼ਨ ਕਰ ਦੇਗਾ ਤਾਂ ਉਹ ਜ਼ਿਆਦਾ ਉਹਦੀ ਖਰਾਬ ਹੋ ਜਾਏਗੀ। ਇਸ ਕਰਕੇ ਤੁਸੀਂ ਉਹਨੂੰ ਕੋਈ ਵੀ ਐਂਟੀ ਫੰਗਸ ਕਰੀਮਸ ਯੂ ਗੈਟ ਇਨ ਦਾ ਮਾਰਕੀਟ, ਜਿਹੜੀਆਂ ਬੜੇ ਟੀਨਾ ਡਮੈਨੋਲ ਜਾਂ ਕੁਛ ਸਪੋਰੋਮੈਕਸ ਦੀਆਂ ਮੈਡੀਸਿਨ ਵੀ ਹੁੰਦੀਆਂ, ਕੁਛ ਡਾਕਟਰਸ ਦਿੰਦੇ ਨੇ, ਉਹ ਡਾਕਟਰਸ ਜਦੋਂ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਜਾਏ ਤੁਹਾਨੂੰ ਇਮੀਡੀਏਟਲੀ ਯੂ ਸ਼ੁੱਡ ਗੋ ਟੂ ਦਾ ਡਾਕਟਰ ਐਂਡ ਸੀ। ਅਤੇ ਕਈ ਜਿਹੜੀਆਂ ਮੈਡੀਸਿਨ ਉਹ ਤੁਹਾਨੂੰ ਦੇਣਗੇ ਉਹ ਕੀ ਕਰਦਾ ਕਿ ਤੁਹਾਨੂੰ ਸਟੋਪ ਕਰ ਦਿੰਦੀ ਹੈ ਉਸ ਉੱਥੇ ਫੰਗਲ ਨੂੰ, ਫਿਰ ਜਿਹੜੀ ਨਵੀਂ ਨਿਊ ਗਰੋਥ ਆਏਗੀ ਦੈਟ ਵਿਲ ਨੋਟ ਬੀ ਉਹ ਨਿਊ ਨੇਲ, ਉਹਦੇ 'ਚ ਫੰਗਸ ਨਹੀਂ ਹੋਏਗੀ। ਪਰ ਤੁਸੀਂ ਇਹਦਾ ਜਿਹੜਾ ਇਲਾਜ ਹੈ, ਇਟਸ ਨੋਟ ਏ ਵਨ ਡੇ ਔਰ ਵਨ ਵੀਕ ਹੈਗਾ ਟ੍ਰੀਟਮੈਂਟ, ਇਸ ਇਟ ਟੇਕਸ ਟਾਈਮ, 4 ਮੰਥਸ ਤੋਂ ਲੈ ਕੇ 1 ਈਅਰ ਤੱਕ ਲੈ ਸਕਦਾ ਟ੍ਰੀਟਮੈਂਟ ਨੂੰ। ਸੋ ਇਸ ਕਰਕੇ ਇਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਅੱਛਾ, ਜੇਕਰ ਕਿਸੇ ਨੂੰ ਫੰਗਲ ਇਨਫੈਕਸ਼ਨ ਹੈ ਤਾਂ ਉਸਨੂੰ ਕਿਸ ਤਰ੍ਹਾਂ ਦੇ ਪ੍ਰੀਕੋਸ਼ਨਸ ਵਰਤਣੀਆਂ ਚਾਹੀਦੀਆਂ ਨੇ? ਜਿਵੇਂ ਤੁਹਾਨੂੰ ਦੱਸਿਆ, ਘਰ ਦੇ ਵਿੱਚ ਤੁਸੀਂ ਜ਼ਿਆਦਾ ਕੁਛ ਤਾਂ ਨਹੀਂ ਕਰ ਸਕਦੇ, ਪਰ ਕੁਛ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ। ਐਜ਼ ਆਈ ਟੋਲਡ ਯੂ, ਕੱਟ ਇਟ ਸ਼ਾਰਟ, ਸ਼ਾਰਟ ਕਰਨ ਤੋਂ ਬਾਅਦ ਤੁਹਾਨੂੰ, ਕਿਉਂਕਿ ਸਭ ਫੰਗਲ ਇੱਕ ਟਾਈਪ ਨੇਲ ਲੈਕਰ ਜਿਹੜਾ ਹੁੰਦਾ, ਇਹ ਵੀ ਐਂਟੀਸੈਪਟਿਕ ਹੁੰਦਾ ਸਾਡਾ। ਤੁਸੀਂ ਕੀ ਕਰੋ, ਨੇਲ ਲੈਕਰ ਜਿੰਨੀ ਤੁਸੀਂ ਨਹੀਂ ਕੁਛ ਲਿਆ, ਤੁਸੀਂ ਉਹਨੂੰ ਸ਼ਾਰਟਕੱਟ ਕਰਕੇ ਉਸ ਜਗ੍ਹਾ 'ਤੇ ਇੱਕ ਡੇਲੀ ਤੁਸੀਂ ਨੇਲ ਲੈਕਰ ਲਗਾਉਂਦੇ ਜਾਓ, ਨੇਲ ਪੋਲਿਸ਼ ਲਗਾਓਗੇ ਡੇਲੀ ਤਾਂ ਬੈਕਟੀਰੀਆ ਨੂੰ ਕਿਲ ਕਰਦਾ, ਥੋੜ੍ਹਾ ਅੱਗੇ ਵਧਣ ਨਹੀਂ ਦਿੰਦਾ। ਅਤੇ ਐਵਰੀ ਡੇ ਤੁਸੀਂ ਲਗਾਓ, ਐਂਡ ਆਫਟਰ 1 ਵੀਕ ਜਸਟ ਉਹਨੂੰ ਤੁਸੀਂ ਕਿਸੇ ਐਲਕੋਹਲ ਦੇ ਨਾਲ ਕਲੀਨ ਕਰਕੇ ਫਿਰ ਲਗਾਉਣਾ ਸ਼ੁਰੂ ਕਰ ਦਿਓ। ਕੋਟ ਆਫਟਰ ਦਾ ਕੋਟ, ਹਾਂ ਕੋਟ ਆਫਟਰ ਦਾ ਕੋਟ, ਫਿਰ ਉਸ ਤੋਂ ਬਾਅਦ ਤੁਸੀਂ 5-6 ਦਿਨਾਂ ਬਾਅਦ ਉਹਨੂੰ ਸਾਰਾ ਕਲੀਨ ਕਰਕੇ ਦੈਨ ਅਗੇਨ ਕੋਟ ਤੋਂ ਕੋਟ, ਤਾਂ ਕਿ ਡੇਲੀ ਬੈਕਟੀਰੀਆ ਉਹਦੇ ਜ਼ਿਆਦਾ ਹੋਰ ਐਕਟੀਵੇਟ ਨਾ ਹੋਣ, ਇੱਕ ਉਹਨੂੰ ਤੁਸੀਂ ਬਿਲਕੁਲ ਕਲੀਨ ਰੱਖੋ। ਔਰ ਤੁਸੀਂ ਦੇਖਿਆ ਕਈ ਵਾਰ ਤੁਹਾਡਾ ਲੱਗਦਾ ਕਿ ਕਈ ਨੇਲ ਦੇ ਅੰਦਰ ਤੁਹਾਡਾ ਹੈ, ਇਹਦੀ ਡਰੋਪਸ ਵੀ ਮਿਲਦੇ ਨੇ, ਟੀਨਾਡਮ ਡਰੋਪਸ ਹੈ, ਇਨ ਬੜੀਆਂ ਸਾਰੀਆਂ ਚੀਜ਼ਾਂ ਮਿਲਦੇ। ਜੇ ਤੁਹਾਡੇ ਕੋਲ ਕੁਛ ਵੀ ਨਹੀਂ, ਅਗਰ ਤੁਹਾਡੇ ਕੋਲ ਕੋਈ ਐਂਟੀ ਡੈਂਡਰਫ ਸ਼ੈਂਪੂ ਹੈ, ਹੈ ਨਾ, ਐਂਟੀ ਡੈਂਡਰਫ ਸ਼ੈਂਪੂ, ਬਿਕੋਜ਼ ਦੇ ਦੈਟ ਇਜ਼ ਅਗੇਨ ਐਂਟੀ ਬੈਕਟੀਰੀਅਲ, ਤੁਸੀਂ ਉਹਨੂੰ ਉਹਦੇ ਵਿੱਚ ਪਾ ਕੇ ਥੋੜ੍ਹਾ ਕਲੀਨ ਕਰੋ। ਜਿਵੇਂ ਆਪਣਾ ਤੁਸੀਂ ਕੋਈ ਵੀ ਕੋਟਨ ਬੱਡ ਦੇ ਉੱਤੇ ਲਗਾ ਕੇ, ਕੋਈ ਔਰੇਂਜ ਸਟਿਕ ਦੇ ਉੱਤੇ ਕੋਟਨ ਲਗਾ ਕੇ ਸ਼ੈਂਪੂ ਦੇ ਨਾਲ ਥੋੜ੍ਹਾ ਕਲੀਨ ਕਰੋ ਅੱਛੀ ਤਰ੍ਹਾਂ, ਫਿਰ ਉਹਨੂੰ ਅੱਛੀ ਤਰ੍ਹਾਂ ਵਾਟਰ ਨਾਲ ਰਿੰਸ ਕਰ ਦਿਓ, ਹਾਈਡਰੋਜਨ ਪੈਰਾਕਸਾਈਡ ਨਾਲ ਤੁਸੀਂ ਉਹਨੂੰ ਕਲੀਨ ਕਰੋ। ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਉਹਨੂੰ ਕਲੀਨ ਰੱਖੋਗੇ, ਸਾਫ ਰੱਖੋਗੇ ਅਤੇ ਇਨਫੈਕਸ਼ਨ ਘੱਟ ਹੋਏਗੀ। ਪਰ ਬਿਲੀਵ ਮੀ, ਤੁਹਾਨੂੰ ਜਦੋਂ ਵੀ ਅਗਰ ਤੁਹਾਨੂੰ ਇਹਦਾ ਆਈਡੀਆ ਵੀ ਹੋਵੇ ਕਿ ਸਾਨੂੰ ਇਹ ਫੰਗਲ ਇਨਫੈਕਸ਼ਨ ਹੋ ਰਹੀ ਹੈ, ਇਮੀਡੀਏਟਲੀ ਯੂ ਸ਼ੁੱਡ ਸੀ ਦਾ ਡਾਕਟਰ ਔਰ ਉਹਦੀ ਹੈਲਪ ਲੈਣੀ ਚਾਹੀਦੀ ਹੈ ਇੰਟਰਨਲੀ ਐਂਡ ਐਕਸਟਰਨਲੀ ਚੀਜ਼ਾਂ ਲਗਾਉਣ ਦੀ। ਇਹ ਫੰਗਲ ਇਨਫੈਕਸ਼ਨ ਪੇਨਫੁਲ ਵੀ ਹੋ ਸਕਦਾ? ਬਿਲਕੁਲ ਪੇਨਫੁਲ ਹੋ ਸਕਦਾ, ਕਿਉਂਕਿ ਤੁਹਾਨੂੰ ਦੱਸਿਆ ਜਿੰਨਾ ਏਰੀਆ ਜਿਹੜਾ ਫੰਗਲ ਵਾਲਾ ਹੋ ਜਾਂਦਾ, ਫੰਗਸ ਜਿਹਦੇ 'ਚ ਲੱਗ ਜਾਂਦੀ ਹੈ, ਜਿਹੜੀ ਇਹ ਫੰਗੀ ਹੁੰਦੀ ਹੈ ਜਿੱਥੇ ਜਿੱਥੇ ਜਾਂਦੀ ਹੈ ਅਤੇ ਉੱਥੇ ਉਹ ਡਿਟੈਚ ਕਰ ਦਿੰਦੀ ਹੈ, ਸਕਿਨ ਦੇ ਨਾਲ ਨਹੀਂ ਰਹਿੰਦਾ। ਅਤੇ ਕੀ ਹੁੰਦਾ ਕਿ ਹੁਣ ਸਪੋਜ਼ ਤੁਹਾਡੀ ਟੋ ਨੇਲ 'ਚ ਹੈਗਾ ਔਰ ਤੁਹਾਡਾ ਅੱਧੇ ਨਾਲੋਂ ਜ਼ਿਆਦਾ ਟੋ ਨੇਲ ਦੇ ਉਹਦੇ ਨਾਲ ਡਿਟੈਚ ਨਹੀਂ, ਅਤੇ ਜਦੋਂ ਡਿਟੈਚ ਨਹੀਂ ਤੁਹਾਡਾ ਨੇਲ ਕਦੀ ਵੀ ਕਿੱਥੇ ਲੱਗੇਗਾ, ਅਤੇ ਤੁਹਾਡਾ ਬੜੀ ਛੋਟੀ ਜਿਹੀ ਜਗ੍ਹਾ ਹੁੰਦੀ ਜਿਹਦੇ ਨਾਲ ਉਹ ਡਿਟੈਚ ਹੁੰਦਾ ਅਤੇ ਤੁਹਾਨੂੰ ਹਰਟ ਕਰੇਗੀ, ਉਹ ਪੂਰੀ ਤਰ੍ਹਾਂ ਹੀਲ ਵੀ ਨਹੀਂ ਹੁੰਦਾ। ਅਤੇ ਤੁਹਾਨੂੰ ਬਾਰ ਬਾਰ ਜ਼ਰਾ ਜਿਹੀ ਠੋਕਰ ਲੱਗਣ ਨਾਲ, ਜ਼ਰਾ ਜਿਹਾ ਕੁਛ ਤੁਸੀਂ ਆਪਣੇ ਕੱਪੜੇ ਪਾ ਰਹੇ ਹੋ, ਲਾ ਰਹੇ ਹੋ,
ਉਹਦੇ ਨਾਲ ਕਰਨ ਨਾਲ ਤੁਹਾਡੇ ਨਾਲ ਅੜ ਸਕਦਾ ਔਰ ਪੇਨ ਹੋ ਸਕਦੀ ਹੈ ਔਰ ਟੁੱਟ ਵੀ ਸਕਦਾ ਹੈ। ਇੰਦਰ ਜੀ ਤੁਸੀਂ ਸਾਨੂੰ ਨੇਲ ਫੰਗਲ ਇਨਫੈਕਸ਼ਨ ਬਾਰੇ ਇੰਨੀ ਸਾਰੀ ਚੀਜ਼ਾਂ ਦੱਸੀਆਂ, ਉਹਨਾਂ ਦੇ ਕਿਉਰ ਦੱਸੇ, ਪ੍ਰੀਕਾਸ਼ਨਸ ਦੱਸੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਈ ਪਲੇਜ਼ਰ।